ਦੇਖੋ ਮੰਡੀਆਂ ਵਿੱਚ ਸਬਜ਼ੀ ਖਰੀਦਣ ਵਾਲਿਆਂ ਦੀ ਕਿਉਂ ਉਮੜੀ ਭੀੜ ਤੇ ਕਿਉਂ ਨਹੀਂ ਲੱਗੇਗੀ 31 ਮਾਰਚ ਤੱਕ ਕਿਤੇ ਵੀ ਕੋਈ ਸਬਜ਼ੀ ਮੰਡੀ। ਕਰੋਨਾ ਵਾਇਰਸ ਕਰਕੇ ਪਰ ਇੱਥੇ ਬਹੁਤ ਰਸ਼ ਹੈ ਅਤੇ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਦੱਸ ਰਹੇ ਹੈ, ਇਸ ਕਰਕੇ ਅਸੀਂ ਸੋਚ ਰਹੇ ਹਾਂ ਵੀ ਅਸੀਂ ਸਬਜ਼ੀ ਬਾਹਰ ਵਿੱਚ ਲੈ ਲਈਏ ਅਤੇ ਅਸੀਂ ਕੋਈ ਗਰੋਸਰੀ ਦਾ ਸਮਾਨ ਸਟੋਰ ਕਰ ਲਈਏ ਜਿਵੇਂ ਕਿ ਦਾਲਾਂ ਦੂਲਾਂ ਜਾਂ ਚਨੇ ਵਗੈਰਾ ਸਟੋਰ ਕਰਕੇ ਰੱਖ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਦੇ ਸਭ ਆਖੂ ਵੀ ਚਾਹੁੰਦੇ ਹੋ ਕਿ ਕੋਰੋਨਾ ਵਾਇਰਸ ਦੇ ਡਰ ਤੋਂ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਬਹੁਤ ਸਾਰੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਵੱਲੋਂ ਆਏ ਬਿਆਨ ਦੇ ਆਧਾਰ ਤੇ ਕੱਲ੍ਹ ਤੋਂ ਸਬਜ਼ੀ ਮੰਡੀ 31 ਮਾਰਚ ਤੱਕ ਬੰਦ ਕਰ ਦਿੱਤੀ ਗਈ ਹੈ। ਇਸ ਐਲਾਨ ਨੂੰ ਸੁਣਦਿਆਂ ਹੀ ਮੰਡੀ ਵਿੱਚ ਸਬਜ਼ੀ ਖਰੀਦਣ ਵਾਲਿਆਂ ਦੀ ਭੀੜ ਉਮੜ ਆਈ। ਇਹ ਐਲਾਨ ਸੁਣਦਿਆਂ ਹੀ ਮੰਡੀ ਦੇ ਵਿੱਚ ਸਬਜ਼ੀ ਖਰੀਦਣ ਵਾਲਿਆਂ ਦੀ ਭੀੜ ਜਮ੍ਹਾਂ ਹੋ ਗਈ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਉਸ ਵੇਲੇ ਭੱਗ ਦੌੜ ਮੱਚ ਗਈ ਜਿੱਦਾਂ ਹੀ ਲੋਕਾਂ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਇਸ ਬਿਆਨ ਬਾਰੇ ਪਤਾ ਚੱਲਿਆ ਕਿ ਕੱਲ੍ਹ ਤੋਂ ਪਬਲਿਕ ਟਰਾਂਸਪੋਰਟ, ਸਰਕਾਰੀ ਪ੍ਰਾਈਵੇਟ ਟਰਾਂਸਪੋਰਟ, ਹੋਟਲ, ਸਬਜ਼ੀ ਮੰਡੀ ਸਭ ਕੁਝ 31 ਮਾਰਚ ਤੱਕ ਪੂਰੀ ਤਰ੍ਹਾਂ ਨਾਲ ਬੰਦ ਰਹਿਣ ਵਾਲਾ ਹੈ। ਇਹ ਸੁਣਦਿਆਂ ਹੀ ਸਾਰੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ ਤੇ ਮੋਗਾ ਦੀ ਸਬਜ਼ੀ ਮੰਡੀ ਦਾ ਵੀ ਅਜਿਹਾ ਹੀ ਨਜ਼ਾਰਾ ਸੀ। ਜਿੱਥੇ ਮੰਡੀ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸਬਜ਼ੀ ਖਰੀਦਣ ਲਈ ਪਹੁੰਚੇ ਹੋਏ ਸਨ, ਉੱਥੇ ਹੀ ਇਸ ਮੌਕੇ ਦਾ ਸਬਜ਼ੀ ਵਿਕਰੇਤਾ ਵੀ ਵੱਧ ਚੜ ਕੇ ਫਾਇਦਾ ਚੱਕ ਰਹੇ ਸਨ, ਕਿਉਂਕਿ ਲੋਕਾਂ ਦਾ ਕਹਿਣਾ ਇਹ ਸੀ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜੋ ਐਲਾਨ ਕੀਤਾ ਗਿਆ ਹੈ ਉਸ ਤੋਂ ਬਾਅਦ ਸਬਜ਼ੀ ਵਿਕਰੇਤਾ ਨੇ ਸਬਜ਼ੀਆਂ ਦੇ ਭਾਅ ਬਹੁਤ ਵਧਾ ਦਿੱਤੇ ਨੇ ਅਤੇ ਆਮ ਲੋਕ ਜੋ ਰੋਜ਼ ਕਮਾਉਂਦੇ ਨੇ ਖਾਂਦੇ ਨੇ ਉਹਨਾਂ ਵਾਸਤੇ ਸਬਜ਼ੀਆਂ ਖਰੀਦਣੀਆਂ ਬਹੁਤ ਮੁਸ਼ਕਿਲ ਹੋ ਗਈਆਂ ਨੇ। ਇਸ ਬਾਬਤ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ ਉਹ ਪਾਸਿਓ ਤਾਂ ਠੀਕ ਹੈ ਪਰ ਆਮ ਜਨਜੀਵਨ ਉੱਤੇ ਇਸ ਦਾ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਮੋਗਾ ਦੀ ਮੰਡੀ ਵਿੱਚ ਫੈਲਾਈ ਗਈ ਇਹ ਸਿਰਫ ਤੇ ਸਿਰਫ ਇੱਕ ਅਫਵਾਹ ਹੈ, ਜਿਸ ਕਰਕੇ ਲੋਕਾਂ ਦੇ ਵਿੱਚ ਹਫਰਾ ਤਫਰੀ ਦਾ ਮਾਹੌਲ ਹੈ ਤੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਪ੍ਰਸ਼ਾਸਨ ਕਦੇ ਵੀ ਨਹੀਂ ਬਖਸ਼ੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬ੍ਰਹਮ ਮਹਿੰਦਰਾ ਵੱਲੋਂ ਅਜਿਹਾ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਗਿਆ ਹੈ। ਸਬਜ਼ੀ ਮੰਡੀਆਂ, ਅਨਾਜ ਦੀਆਂ ਦੁਕਾਨਾਂ ਅਤੇ ਮੈਡੀਕਲ ਦੀਆਂ ਦੁਕਾਨਾਂ ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ ਹੈ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਚੈਲੀ ਜੀ। ਕੋਰੋਨਾ ਵਾਇਰਸ ਨੂੰ ਲੈ ਕੇ ਕਿਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੈ ਮੰਡੀ ਜਾਏ ਤੁਸੀਂ ਸਬਜ਼ੀਆਂ ਲੈਣ? ਅਸੀਂ ਸਬਜ਼ੀ ਲੈਣ ਆਏ ਸੀ ਕੋਰੋਨਾ ਵਾਇਰਸ ਕਰਕੇ, ਪਰ ਇੱਥੇ ਬਹੁਤ ਰਸ਼ ਹੈ ਅਤੇ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਦੱਸ ਰਹੇ ਹੈ, ਇਸ ਕਰਕੇ ਅਸੀਂ ਸੋਚ ਰਹੇ ਹਾਂ ਵੀ ਅਸੀਂ ਸਬਜ਼ੀ ਬਾਹਰ ਵਿੱਚ ਲੈ ਲਈਏ ਅਤੇ ਅਸੀਂ ਕੋਈ ਗਰੋਸਰੀ ਦਾ ਸਮਾਨ ਸਟੋਰ ਕਰ ਲਈਏ ਜਿਵੇਂ ਕਿ ਦਾਲਾਂ ਦੂਲਾਂ ਜਾਂ ਚਨੇ ਵਗੈਰਾ ਸਟੋਰ ਕਰਕੇ ਰੱਖ ਲਈਏ। ਕੀ ਕਾਰਨ ਕੀ ਹੈ ਕਿ ਅੱਜ ਇੰਨਾ ਜ਼ਿਆਦਾ ਰਸ਼ ਹੈ, ਲੋਕ ਸਬਜ਼ੀਆਂ ਲੈਣ ਆ ਰਹੇ ਹੈ? ਕਈ ਕਿਸਮਾਂ ਦੀਆਂ ਰੌਲਾ ਪਿਆ ਹੋਇਆ ਹੈ, ਪੰਜਾਬ ਵਿੱਚ ਲੋਕਡਾਊਨ ਹੋਏਗਾ ਕੱਲ੍ਹ ਤੋਂ, ਇਸ ਕਰਕੇ ਸਾਰਿਆਂ ਨੂੰ ਇਹ ਹੈ ਵੀ ਸਟੋਰ ਕਰਕੇ ਰੱਖ ਲਿੱਤੀ ਜਾਵੇ, ਅਗਲੇ ਦਿਨਾਂ ਦਾ ਕੁਝ ਪਤਾ ਨਹੀਂ ਆਉਣ ਵਾਲੇ। ਤੁਸੀਂ ਵੀ ਕੁਝ ਸਟੋਰ ਕਰ ਰਹੇ ਹੋ, ਕੀ ਲੈ ਰਹੇ ਹੋ? ਅਸੀਂ ਗਰੋਸਰੀ ਦਾ ਸਮਾਨ ਫਿਲਹਾਲ ਸਟੋਰ ਕਰ ਰਹੇ ਹਾਂ ਕਿਉਂਕਿ ਸਬਜ਼ੀ ਬਹੁਤ ਮਹਿੰਗੀ ਦੱਸ ਰਹੇ ਨੇ ਅਤੇ ਅਸੀਂ ਫਿਲਹਾਲ ਹੀ ਪਹੁੰਚੇ ਹੋਏ ਹਾਂ। 5 ਰੁਪਏ ਕਿਲੋ ਸੇ 10 ਡਬਲ ਡਬਲ ਰੇਟਾਂ ਦੇ ਲਾਈ ਜਾ ਰਹੇ ਹੈ। ਦੱਸੋ ਨਮਿਤਾ ਜੀ, ਕੋਰੋਨਾ ਵਾਇਰਸ ਕੋ ਲੇਕਰ ਕਿਸ ਤਰ੍ਹਾਂ ਕੀ ਦਹਿਸ਼ਤ ਹੈ ਔਰ ਆਪ ਸਬਜ਼ੀ ਮੰਡੀ ਮੇਂ ਕਿਤਨੀ ਸਬਜ਼ੀ ਲੇਨੇ ਹੋ? ਜੈਸੇ ਕਿ ਪਿਛਲੇ ਕੁਝ ਦਿਨੋਂ ਸੇ ਹਮੇਂ ਪਤਾ ਚੱਲ ਰਿਹਾ ਹੈ ਕਿ ਕੋਰੋਨਾ ਵਾਇਰਸ ਕੇ ਕਾਰਨ ਬਹੁਤ ਸਾਰੀ ਦਹਿਸ਼ਤ ਫੈਲੀ ਹੋਈ ਹੈ, ਹਰ ਚੀਜ਼ ਬੰਦ ਹੋ ਰਹੀ ਹੈ, ਪਬਲਿਕ ਟਰਾਂਸਪੋਰਟ, ਸੋਸ਼ਲ ਜਿੰਨੇ ਵੀ ਆਪਣੇ ਐਂਟਰਟੇਨਮੈਂਟ ਦੇ ਸੋਰਸਿਸ ਹੈ, ਕੋਈ ਸਿਨੇਮਾ ਹਾਲ ਹੈ, ਕੋਈ ਮਾਲਸ ਹੈ, ਸਭ ਕੁਝ ਕਲੋਜ਼ ਡਾਊਨ ਹੈ। ਔਰ ਜਹਾਂ ਤੱਕ ਇਹ ਵੀ ਕਿਹਾ ਜਾਂਦਾ ਹੈ ਕਿ ਲੋਕ ਵੀ ਸਭ ਆਪਣੇ ਆਪਣੇ ਘਰ ਮੇਂ ਰਹੇ, ਸੋਸ਼ਲ ਡਿਸਟੈਂਸਿੰਗ ਬਣਾ ਕੇ ਰਹੇ, ਇੱਕ ਦੂਸਰੇ ਸੇ ਦੂਰ ਰਹੇ, ਆਈਸੋਲੇਸ਼ਨ ਮੇਂ ਰਹੇ। ਤੋ ਆਜ ਯਹਾਂ ਪੇ ਸਬਜ਼ੀ ਮੰਡੀ ਮੇਂ ਹਮ ਆਏ ਹੈਂ ਕਿਉਂਕਿ ਹਮੇਂ ਪਤਾ ਚਲਾ ਹੈ ਕਿ ਮੰਡੀ ਵੀ ਅਬ ਬੰਦ ਹੋਣੇ ਜਾ ਰਹੀ ਹੈ ਔਰ ਸਭ ਲੋਕ ਜੋ ਹੈ ਵੋ ਆਪਣੇ ਘਰੋਂ ਕਾ ਰਾਸ਼ਨ ਸਬਜ਼ੀ ਆਪਣੇ ਘਰੋਂ ਤਾਂ ਪਹਿਲੇ ਹੀ ਸਟੋਰ ਮੇਂ ਰੱਖ ਰਹੇ ਹੈ ਤਾਂ ਕਿ ਉਨਕੋ ਆਨੇ ਵਾਲੇ ਟਾਈਮ ਮੇਂ ਕੋਈ ਪ੍ਰੋਬਲਮ ਨਾ ਹੋ। ਤੋ ਆਪਨੇ ਕਿਤਨੇ ਦਿਨ ਕੀ ਸਬਜ਼ੀ ਇਕੱਠੀ ਕੀ ਹੈ? ਮੈਨੇ 1 ਵੀਕ ਕੀ ਸਬਜ਼ੀ ਲੈ ਲਈ ਹੈ। ਤੋ ਰੇਟ ਕਾ ਵੀ ਕੋਈ ਫਰਕ ਦਿਖ ਰਿਹਾ ਹੈ ਯਹਾਂ ਪੇ? ਰੇਟ ਕਾ ਥੋੜਾ ਬਹੁਤ ਐਕਸਪੈਂਸਿਵ ਹੋ ਗਈ ਹੈ ਕੱਲ ਸੇ ਸਬਜ਼ੀ। ਤੋ ਸਭੀ ਲੋਕ ਹੈ ਜੋ ਇਕੱਠੀ ਸਬਜ਼ੀ ਲੈਣੇ ਆ ਰਹੇ ਹੈ ਯਹਾਂ ਪੇ?
क्योंकि ये बात सुनने में आई है कि मंडी बंद है और कोरोना वायरस की दहशत इतनी है कि लोगों को लग रहा है कि वो हफ्ते 10 दिन का स्टॉक अपने घर में रहें ताकि वो बाहर ना निकलें और अपने आप को इन्फेक्शन से बचा सकें अगर कोई भी प्रॉब्लम हो। सुरेंद्र जी, कोरोना वायरस नू लेके मंडी च किस तरह का डर वेखण नू मिल रहा है? लोगों का डर का माहौल है, डर का माहौल होने करके घर में भी जरा घर तो इंस्ट्रक्शन मिले कि भाई ज़्यादा सब्जी हफ्ते 10 दिन सब्जी ला के आओ कट्टी तो असं 5-10 किलो सब्जी उसने लाना है कि गांव नूं कल नूं दिक्कत ना हो जाए जो मद्देनजर असं शहर देख रहे हैं हालात की लग रहा है। मंडियां बंद हो गई, लग तो यही रहा कि मंडियां बंद हो गई जिमें सरकार कह रही है और होर जगह भी हो रहा, बॉम्बे वाले जगह से हो रहा वा, जिमें हरियाणा में सब्जी मंडी बंद हो गई करती है उन्होंने, पंजाब भी सब्जी मंडियां बंद करने के आदेश दिए गए। हाँ जी, वो देख के लगता ਜਿਵੇਂ ਉਹ ਦੇਖ ਕੇ ਲੱਗਦਾ ਪਿਆ ਸੀ ਤਾਂ ਹੀ ਤਾਂ 10 ਦਿਨ ਦੀ ਸਬਜ਼ੀ ਇਕੱਠੀ ਲੈ ਲੈਂਦੀ ਹੈ। ਤਾਂ ਤੁਸੀਂ ਮੰਡੀ 'ਚ ਆਏ ਹੋ, ਕੁਛ ਰੇਟ ਵਗੈਰਾ ਵਧਾਏ ਆ ਜੀ ਮੰਡੀਆਂ ਦੇ ਵਿੱਚ? ਹਾਂਜੀ, ਕੁਛ ਰੇਟ ਵਧੇ ਹੋਏ ਆ। ਕੀ ਕਹਿਣਾ ਚਾਹੋਗੇ ਕੋਰੋਨਾ ਵਾਇਰਸ ਨੂੰ ਲੈ ਕੇ, ਕਿਸ ਤਰ੍ਹਾਂ ਡਰ ਹੈ ਲੋਕਾਂ ਦੇ ਮਨ ਦੇ ਵਿੱਚ? ਦੇਖੋ, ਕੋਰੋਨਾ ਵਾਇਰਸ ਦਾ ਡਰ ਤਾਂ ਮੇਰਾ ਹੈਗਾ ਹੀ ਹੈ, ਉਹਦੀ ਦਹਿਸ਼ਤ ਉਸ ਤੋਂ ਜ਼ਿਆਦਾ ਦਹਿਸ਼ਤ ਹੈਗੀ ਆ ਲੋਕਾਂ ਵਿੱਚ। ਤੁਸੀਂ ਕਿੰਨੀ ਸਬਜ਼ੀ ਲਿੱਤੀ ਹੈ ਜੀ? ਮੈਂ ਤਾਂ 10 ਕਿਲੋ ਗੋਭੀ ਲਿੱਤੀ ਹੈ, 5 ਕਿਲੋ ਮਟਰ ਲਿੱਤੇ ਆ, ਹੋਰ ਵੀ 2-3 ਤਰ੍ਹਾਂ ਦੀਆਂ ਸਬਜ਼ੀਆਂ ਇਕੱਠੀਆਂ ਲੈ ਲਈਆਂ ਮੈਂ, ਹਫ਼ਤੇ 10 ਦਿਨ ਦਾ ਇਕੱਠੀ ਸਬਜ਼ੀ ਲੈ ਲਈ ਆ। ਭਾਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਛਿੰਦਰਪਾਲ ਸਿੰਘ ਆ ਜੀ। ਅੱਜ ਜਿਵੇਂ ਮੰਡੀ ਦੇ ਵਿੱਚ ਰਸ਼ ਹੋਇਆ ਹੋਇਆ, ਹਾਂਜੀ ਹਾਂਜੀ, ਤੁਹਾਨੂੰ ਕੀ ਲੱਗਦਾ ਕੋਰੋਨਾ ਵਾਇਰਸ ਕਰਕੇ ਮੰਡੀਆਂ ਬੰਦ ਦਾ? ਇਹ ਜਿਹੜਾ ਕਿ ਕੱਲ੍ਹ ਕਹਿ ਰਹੇ ਕਿ ਕੋਰੋਨਾ ਵਾਇਰਸ ਕਰਕੇ ਮੰਡੀਆਂ ਬੰਦ ਹੋ ਰਹੀਆਂ, ਇਸ ਕਰਕੇ ਅਸੀਂ ਘੱਟੋ ਘੱਟ ਵੀ ਹਫ਼ਤੇ 10 ਦਿਨ ਦੀ ਸਬਜ਼ੀ ਆਪਣੀ ਲੈ ਕੇ ਰੱਖ ਰਹੇ ਹਾਂ, ਕਿਉਂਕਿ ਪਤਾ ਲੱਗਾ ਕਿ ਬਾਹਰ ਜਿਵੇਂ ਕੈਨੇਡਾ ਅਮੈਰੀਕਾ ਸਾਰੇ ਸ਼ੋਪਿੰਗ ਮਾਲ ਬੰਦ ਹੋ ਚੁੱਕੇ ਆ, ਇਸ ਕਰਕੇ ਅਸੀਂ ਪਹਿਲਾਂ ਆਪਣਾ ਜਿਹੜਾ ਸਮਾਨ ਉਹ ਲੈ ਕੇ ਰੱਖਾਂਗੇ, ਜੋ ਵੀ ਘਰ ਦੀ ਸਾਡੀ ਚੀਜ਼ ਆ ਉਹਦੇ ਵਾਸਤੇ। ਬਾਕੀ ਅਸੀਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਕਿ ਜ਼ਿਆਦਾ ਇਕੱਠ ਨਾ ਕਰੋ, ਜਿਸ ਤਰ੍ਹਾਂ ਅੱਜ ਦੇਖਿਆ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਆ, ਪਰ ਆਪਾਂ ਇੱਕ ਪਾਸੇ ਕਹਿ ਰਹੇ ਹਾਂ ਕਿ ਜ਼ਿਆਦਾ ਇਕੱਠ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿ ਕੋਰੋਨਾ ਵਾਇਰਸ ਦੇ ਚੱਲਦੇ ਸਾਨੂੰ ਘਰਾਂ 'ਚ ਬੈਠਣਾ ਪਊਗਾ? ਹਾਂਜੀ, ਬੈਠਣਾ ਪਊਗਾ ਜੀ, ਆਪਣੀ ਸੇਫਟੀ ਵਾਸਤੇ ਸਾਨੂੰ ਬੈਠਣਾ ਪਊਗਾ ਜੀ। ਤੁਹਾਨੂੰ ਕੀ ਲੱਗਦਾ ਆਉਣ ਵਾਲੇ ਟਾਈਮ 'ਚ ਹਾਲਾਤ ਹੋਰ ਖਰਾਬ ਹੋਣ ਦੇ ਚਾਂਸਿਸ ਹੈ? ਦੇਖੋ ਜੀ, ਇਹ ਤਾਂ ਹੁਣ ਇਹ ਕੁਦਰਤ ਦੇ ਵੱਸ ਆ, ਜ਼ਿਆਦਾ ਹਾਲਾਤ ਖਰਾਬ ਹੁੰਦੇ ਆ ਜਾਂ ਸਹੀ ਹੁੰਦੇ ਆ, ਪਰ ਜੋ ਅੱਜ ਕੱਲ੍ਹ ਅਫਵਾਹਾਂ ਵੀ ਜ਼ਿਆਦਾ ਹੋ ਰਹੀਆਂ, ਬਾਕੀ ਜਿਹੜਾ ਆਉਣ ਵਾਲਾ ਟਾਈਮ ਆ ਉਹ ਦੱਸੂਗਾ ਕਿ ਇਹ ਜ਼ਿਆਦਾ ਵੱਧ ਰਿਹਾ ਜਾਂ ਕਿਸ, ਕਈ ਵਾਰ ਕਹਿ ਰਹੇ ਗਰਮੀ ਦੇ ਨਾਲ ਘੱਟ ਵੀ ਸਕਦਾ, ਪਰ ਹਲੇ ਤੱਕ ਤਾਂ ਜ਼ਿਆਦਾ ਹੀ ਵੱਧ ਰਿਹਾ ਜੀ। ਬੱਸਾਂ ਵੀ ਬੰਦ ਕੀਤੀਆਂ ਗਈਆਂ, ਸ਼ੋਪਿੰਗ ਮਾਲ ਵਗੈਰਾ ਬੰਦ ਕੀਤੇ ਗਏ, ਰੈਸਟੋਰੈਂਟ ਬੰਦ ਕੀਤੇ ਗਏ ਆ ਕੋਰੋਨਾ ਵਾਇਰਸ ਨੂੰ ਲੈ ਕੇ। ਹਾਂਜੀ, ਤੁਹਾਡਾ ਕੀ ਕਹਿਣਾ ਜੀ? ਉਹਦੇ ਵਾਸਤੇ ਸਰਕਾਰ ਨੇ ਬਹੁਤ ਜ਼ਿਆਦਾ ਸਟੈਪ ਚੱਕਿਆ ਜੀ ਕਿ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਰਹਾਂਗੇ, ਜਿਸ ਤਰ੍ਹਾਂ ਅਸੀਂ ਮੰਨ ਲਓ ਬੱਸ ਸਟੈਂਡ ਜਾਂਦੇ ਹਾਂ ਜਾਂ ਬੱਸਾਂ ਦੇ ਵਿੱਚ ਜਾਂਦੇ ਹਾਂ, ਉਹਦੇ ਵਾਸਤੇ ਸਾਨੂੰ ਅਸੀਂ ਕੋਈ ਉਹਦੇ ਵਾਸਤੇ ਆਪਦਾ ਮੂੰਹ ਨਹੀਂ ਢੱਕਦੇ ਜਾਂ ਕੁਛ ਨਹੀਂ ਕਰਦੇ ਗੇ, ਕੋਈ ਸਾਵਧਾਨੀ ਨਹੀਂ ਵਰਤਦੇ, ਉਹਦੇ ਵਾਸਤੇ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਆ। ਬਾਕੀ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਟੈਕ ਕੇ, ਇਹਦੇ ਵਾਸਤੇ ਕੀ ਆ ਕਿ ਆਪਾਂ ਨੂੰ ਆਪਦਾ ਸਿਹਤ ਬਾਰੇ ਜ਼ਰੂਰ ਖਿਆਲ ਰੱਖਣਾ ਚਾਹੀਦਾ। ਤੁਸੀਂ ਮੰਡੀ 'ਚ ਆਏ ਹੋ, ਤੁਸੀਂ ਕਿੰਨੇ ਦਿਨ ਦੀ ਸਬਜ਼ੀ ਅੱਜ ਲਈ ਆ? ਅਸੀਂ ਘੱਟੋ ਘੱਟ ਹਫ਼ਤਾ 10 ਦਿਨ ਦੀ ਸਬਜ਼ੀ ਲਈ ਆ ਜੀ, ਜਿਵੇਂ ਗੰਢੇ ਆਲੂ ਵਗੈਰਾ ਅੱਜ ਸਾਰੇ ਖਰੀਦ ਲਏ ਆ, ਜਿਵੇਂ ਹਰੀਆਂ ਸਬਜ਼ੀਆਂ 1-2 ਦਿਨ ਵਾਸਤੇ ਲੈ ਲਈਆਂ, ਤੇ ਬਾਕੀ ਜਿਵੇਂ ਸੁੱਕੀਆਂ ਦਾਲਾਂ ਉਹ ਵੀ ਅਸੀਂ ਖਰੀਦ ਚੁੱਕੇ ਹਾਂ ਜੀ। ਕਾਫੀ ਉੱਚੇ ਹੋ ਗਏ ਜੀ, ਕੀ ਲੱਗਦਾ ਜੀ ਜਿਹੜੇ ਰੇਟ ਵਗੈਰਾ ਉਹਨਾਂ 'ਚ ਕੋਈ ਇਜਾਫਾ ਹੋਇਆ? ਹਾਂਜੀ ਹਾਂਜੀ, ਉਹ ਤਾਂ ਰੇਟ ਵੱਧ ਚੁੱਕਾ, ਕਿਉਂਕਿ ਅੱਜ ਜੋ ਵੀ ਆ ਮੰਡੀ 'ਚ, ਜੇ ਮੰਨ ਲਓ ਅੱਗੇ ਗਾਜਰ 10 ਰੁਪਏ ਸੀ, ਅੱਜ 20 ਰੁਪਏ ਦੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਆ, ਰੇਟ ਬਹੁਤ ਜ਼ਿਆਦਾ ਚੱਕੇ ਗਏ ਆ, ਅਤੇ ਇਹ ਆਉਣ ਵਾਲੇ ਟਾਈਮ 'ਚ ਜਿਹੜਾ ਹੈਗਾ ਇਹ ਵਪਾਰ 'ਤੇ ਬਹੁਤ ਜ਼ਿਆਦਾ ਅਸਰ ਪਊਗਾ ਜੀ।
ਉੱਥੇ ਜਦ ਇਸ ਬਾਬਤ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਉਹਨਾਂ ਦੇ ਕੋਲ ਲੋਕ ਵੱਡੀ ਗਿਣਤੀ ਵਿੱਚ ਸਬਜ਼ੀ ਖਰੀਦਣ ਲਈ ਆ ਰਹੇ ਨੇ। ਉਹਨਾਂ ਦੇ ਰੇਟ ਉਹੀ ਸਨ ਜੋ ਪਹਿਲਾਂ ਸਨ ਅਤੇ ਸਾਡੇ ਵੱਲੋਂ ਕੋਈ ਵੀ ਰੇਟ ਨਹੀਂ ਵਧਾਏ ਗਏ। ਸਾਨੂੰ ਨਹੀਂ ਪਤਾ ਕੱਲ ਕੋਈ ਸਬਜ਼ੀ ਖਰੀਦਣ ਵਾਸਤੇ ਆਏਗਾ ਜਾਂ ਨਹੀਂ ਆਏਗਾ, ਪਰ ਅੱਜ ਜੋ ਵੀ ਲੋਕ ਸਬਜ਼ੀ ਖਰੀਦ ਕੇ ਲਿਜਾ ਰਹੇ ਨੇ ਉਹ ਲੋਕਾਂ ਵੱਲੋਂ ਸਟੋਰ ਕੀਤੀ ਜਾ ਰਹੀ ਹੈ, ਤਾਂ ਜੋ 31 ਮਾਰਚ ਤੱਕ ਜੋ ਬੰਦ ਦਾ ਐਲਾਨ ਕੀਤਾ ਗਿਆ ਹੈ ਉਸ ਦੌਰਾਨ ਉਹਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਕੀ ਨਾਮ ਤੁਹਾਡਾ? ਤੁਹਾਡੇ ਕੋਲ ਅੱਜ ਲੋਕ ਸਬਜ਼ੀਆਂ ਲੈਣ ਆ ਰਹੇ ਆ, ਰਸ਼ ਇਕਦਮ ਹੋ ਗਿਆ, ਕੀ ਕਾਰਨ ਹੈ? ਕਾਰਨ ਇਹ ਲੋਕ ਹੀ ਕਹਿੰਦੇ ਮੰਡੀ ਬੰਦ ਹੈ, ਸਾਰੇ ਭਾਰਤੀ ਮੰਡੀਆਂ ਬੰਦ ਰਹਿ ਗਏ 31 ਤਰੀਕ ਤੱਕ, ਤਾਂ ਕਰਕੇ ਰਸ ਜ਼ਿਆਦਾ ਹੈ, ਲੋਕ ਘਬਰਾਤੇ ਹੋਏ ਸਬਜ਼ੀ ਖਰੀਦਣੇ ਆ ਰਹੇ। ਵੈਸੇ ਕੱਲ ਤੇ ਪਤਾ ਨਹੀਂ, ਹਮ ਲੋਕ ਯਹਾਂ ਪੇ ਵੇਲੇ ਬੈਠ ਰਹੇ, ਕੱਲ ਕੋਈ ਨਹੀਂ ਆਇਆ, ਡਰ ਕੇ ਮਾਰੇ ਕੋਈ ਸਬਜ਼ੀਆਂ ਦੇ ਰੇਟ 'ਚ ਫਰਕ ਪਊਗਾ ਜਦੋਂ ਇਸ ਤਰ੍ਹਾਂ? ਕੋਈ ਫਰਕ ਨਹੀਂ ਪਿਆ, ਜੋ ਪਿਛਲੇ ਬਾਅਦ ਵੇਚ ਰਹੇ ਉਹੀ ਬਾਅਦ ਵੇਚ ਰਹੇ, 25-30 ਰੁਪਏ ਕਿਲੋ ਮਟਰ ਵੇਚ ਰਹੇ ਬੜੀਆ ਵਾਲਾ, ਉਹੀ 20-25 ਰੁਪਿਆ ਪਿਆਜ ਦਾ ਰੇਟ ਹੈ ਬੜੀਆ ਵਾਲਾ। ਤੁਹਾਨੂੰ ਕੋਈ ਇਨਫੋਰਮੇਸ਼ਨ, ਤੁਹਾਨੂੰ ਕਿਸੇ ਪਾਸੋਂ ਪਤਾ ਲੱਗਿਆ ਕਿ ਮੰਡੀ ਕੱਲ੍ਹ ਤੋਂ ਬੰਦ ਹੈ? ਇਹ ਤਾਂ ਕੋਈ ਪਤਾ ਨਹੀਂ ਲੱਗਾ, ਬਤਾ ਰਹੇ ਲੋਕ ਕਹਿੰਦੇ ਹੈ ਕਿ ਬੰਦ ਰਹੂਗੀ, ਪਰ ਡੇਟ ਤਾਂ ਇੱਕ ਵਾਰ ਦਿਆ ਤਾਂ ਕਰੇ ਲੋਕ ਘਬੜਾ ਗਏ ਹੈ ਨਾ, ਇਸ ਵਜ੍ਹਾ ਤੋਂ ਮਤਲਬ ਲੋਕ ਇੱਕਦਮ ਘੱਟ ਜ਼ਿਆਦਾ ਮਤਲਬ ਮੰਡੀਆਂ ਤਾਂ ਹੈਗਾ। ਗੁਰਪਿਆਰਿਓ, ਕੋਰੋਨਾ ਵਾਇਰਸ ਨੂੰ ਲੈ ਕੇ ਤੁਸੀਂ ਸਭ ਖੂਬੀ ਜਾਣਦੇ ਹੋ ਕਿ ਬਹੁਤ ਤਰ੍ਹਾਂ ਦੇ ਐਲਾਨ ਸਮੇਂ ਸਮੇਂ ਸਿਰ ਹੋ ਰਹੇ ਨੇ ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਐਲਾਨਾਂ ਵੱਲ ਧਿਆਨ ਦਿੰਦੇ ਹੋਏ ਆਪਣਾ ਜੀਵਨ ਬਤੀਤ ਕਰੀਏ ਤੇ ਜੋ ਵੀ ਹਿਦਾਇਤਾਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਹਿਦਾਇਤਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖੀਏ। ਜਦੋਂ ਵੀ ਬਾਹਰੋਂ ਅਸੀਂ ਘਰ ਆਉਂਦੇ ਹਾਂ ਤਾਂ ਆਉਂਦੇ ਹੀ ਹੱਥ ਮੂੰਹ ਧੋਈਏ, ਹੈਂਡ ਸੈਨੇਟਾਈਜ਼ ਕਰੀਏ। ਜੇਕਰ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਨੂੰ ਸਾਰਾ ਪੰਜਾਬ ਧਿਆਨ ਵਿੱਚ ਰੱਖੇਗਾ, ਪੰਜਾਬ ਦੀ ਆਵਾਮ ਧਿਆਨ ਵਿੱਚ ਰੱਖੇਗੀ, ਤਾਂ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਪੰਜਾਬ ਦੇ ਵਿੱਚ ਕਦੇ ਵੀ ਕੋਈ ਵੀ ਮਾਮਲਾ ਕੋਰੋਨਾ ਵਾਇਰਸ ਦਾ ਪੋਜ਼ਿਟਿਵ ਆ ਜਾਵੇ। ਉਮੀਦ ਕਰਦੇ ਤੁਸੀਂ ਸਭ ਇਸ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓਗੇ ਤੇ ਆਪਣਾ ਧਿਆਨ ਜ਼ਰੂਰ ਰੱਖੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।